ਸ਼ਤਸ਼੍ਰੀ ਅਕਾਲ ਦੋਸਤੋ ਚੈਨਲ ਸਟੱਡੀ ਐਂਡ ਜੌਬ ਲਾਰਡਸ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਗਰਮੀ ਦਾ ਕਹਿਰ ਸਕੂਲਾਂ ਦੀਆਂ ਛੁੱਟੀਆਂ ਕੀਤੀਆਂ ਰੱਦ ਹੁਣ ਸਕੂਲਾਂ ਨੂੰ ਸਿਰਫ 15 ਦਿਨਾਂ ਦੀਆਂ ਹੋਣਗੀਆਂ ਛੁੱਟੀਆਂ ਦੂਜੀ ਵੱਡੀ ਖਬਰ ਪੰਜਾਬ ਦੀਆਂ ਔਰਤਾਂ ਨੂੰ ਹੁਣ ਨਹੀਂ ਮਿਲੇਗਾ 1000 ਰੁਪਏ ਮਹੀਨਾ ਤੀਜੀ ਵੱਡੀ ਖਬਰ ਕੇਂਦਰ ਸਰਕਾਰ ਦੀ ਸਕੀਮ ਤਹਿਤ ਹੁਣ ਬਜ਼ੁਰਗਾਂ ਨੂੰ ਮਿਲੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਬਿਨਾਂ ਕਿਸੇ ਖਰਚੇ ਦੇ ਅੱਗੇ ਵੀ ਨਾ ਸਾਰੇ ਖਬਰਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਵਾਲੇ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਦੋਸਤੋ ਚਲੋ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆ ਕਿਸਾਨਾਂ ਦੇ ਲਈ ਬੜੀ ਕਮਾਲ ਦੀ ਸਰਕਾਰੀ ਯੋਜਨਾ ਹੈ ਹੁਣ ਬਿਨਾਂ ਕੁਝ ਕੀਤੇ ਮਿਲਣਗੇ ਹਰ ਮਹੀਨੇ 3000 ਰੁਪਏ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਤੇ ਜੀਵਨ ਪੱਧਰ ਦੀ ਸੁਧਾਰੀ ਦੇ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵੱਲੋਂ ਬਹੁਤ ਹੀ ਵੱਡੀ ਸਕੀਮ ਚਲਾਈ ਗਈ ਹੈ ਇਹ ਬਜ਼ੁਰਗ ਕਿਸਾਨਾਂ ਲਈ ਪੈਨਸ਼ਨ ਸਕੀਮ ਹੈ ਸਕੀਮ ਤਹਿਤ 60 ਸਾਲ ਦੀ ਉਮਰ ਪੂਰੀ ਕਰਨ ਤੇ ਬਿਨਾਂ ਕਿਸੇ ਵੀ ਖਰਚੇ ਤੋਂ 3000 ਰੁਪਏ ਮਹੀਨੇ ਦੀ ਮਹੀਨੇ ਸਿੱਧੇ ਖਾਤੇ ਵਿੱਚ ਆਉਣਗੇ ਜੇ ਗੱਲ ਕਰੀਏ 1 ਸਾਲ ਦੀ ਤਾਂ ਪੂਰੇ 37000 ਰੁਪਏ 1 ਸਾਲ ਦੇ ਬਣਦੇ ਨੇ ਜੋ ਕਿਸਾਨ ਇਸ ਵਾਸਤੇ ਅਪਲਾਈ ਜਰੂਰ ਕਰਨ ਗਰਮੀ ਦਾ ਕਹਿਰ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ ਹੁਣ ਸਿਰਫ 15 ਦਿਨਾਂ ਦੀਆਂ ਹੀ ਹੋਣਗੀਆਂ ਛੁੱਟੀਆਂ ਸੂਬਾ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਆ ਫੈਸਲਾ ਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ 2 ਮਹੀਨੇ ਦੀ ਥਾਂ ਸਿਰਫ 15 ਦਿਨਾਂ ਦੀਆਂ ਹੋਣਗੀਆਂ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਦੇ ਦੌਰਾਨ ਕਰੋਨਾ ਲਾਕਡਾਊਨ ਕਰਕੇ ਪੜ੍ਹਾਈ ਦਾ ਕਾਫੀ ਹਰ ਤੱਕ ਨੁਕਸਾਨ ਹੋ ਚੁੱਕਿਆ ਹੈ ਖਬਰ ਦੱਸ ਦਿੰਦੇ ਆ ਕਿ ਦਿੱਲੀ ਦੀ ਆਪ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦੀ ਤਾਂ 15 ਮਈ ਤੋਂ ਛੁੱਟੀਆਂ ਹੋਣਗੀਆਂ ਤੇ 1 ਜੁਲਾਈ ਨੂੰ ਸਕੂਲ ਲੱਗਣਗੇ ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਸੰਬੰਧੀ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਸੀਗਾ ਹਾਲਾਂਕਿ ਛੁੱਟੀਆਂ 15 ਰਾਮ aí ਤੋਂ ਕਰਨ ਦਾ ਹੀ ਫੈਸਲਾ ਕੀਤਾ ਗਿਆ ਏ ਅਗਲੀ ਖਬਰ ਪੰਜਾਬ ਦੀਆਂ ਔਰਤਾਂ ਨੂੰ ਅਜੇ ਨਹੀਂ ਮਿਲੇਗੀ 1000 ਰੁਪਏ ਮਹੀਨੇ ਦੀ ਕਿਸ਼ਤ ਅਜੇ ਹੋਰ ਕਰਨਾ ਪਵੇਗਾ ਇੰਤਜ਼ਾਰ ਖਬਰ ਆਈ ਹੈ ਕਿ ਪੰਜਾਬ ਦਾ ਖਜ਼ਾਨਾ ਅਜੇ ਵੀ ਖਾਲੀ ਪਿਆ ਹੈ ਜਲਦ ਹੀ ਖਜ਼ਾਨਾ ਭਰਨ ਤੇ ਔਰਤਾਂ ਵਾਸਤੇ 1000 ਰੁਪਏ ਪ੍ਰਤੀ ਮਹੀਨਾ ਦੀ ਜਿਹੜੀ ਸਕੀਮ ਹੈ ਉਹ ਲਾਗੂ ਕੀਤੀ ਜਾਵੇਗੀ ਪਰ ਅਜੇ ਪੰਜਾਬ ਦੀਆਂ ਔਰਤਾਂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਤਾਂ ਦੋਸਤੋ ਇਹ ਸਨ ਅੱਜ ਦੀਆਂ ਮੁਕਤਜ਼ਾ ਖਬਰਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਕਿ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲੱਗ ਕੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ